ਦੀ ਉਡੀਕ ਵਿੱਚ ਓਸੀਆਂ ਪਈਆਂ ਜਾਂਦੀਆਂ ਸਨ ਲਕੀਰਾਂ ਪਾ ਕੇ ਵੇਖੀਦਾ ਸੀ ਓਸੀਆਂ ਰਹਾ ਦਿੰਦੀਆਂ ਹਨ ਜਾਂ ਨਹੀਂ ਉਹ ਗਨੀਆਂ ਜਾਂਦੀਆਂ ਸਨ ਬਨੇਰ ਤੇ ਬੈਠੇ ਕਾਂ ਆਦ ਨੂੰ ਆਖਿਆ ਜਾਂਦਾ ਸੀ ਤੂੰ ਉੜ ਜਾ ਤੇ ਜੇ ਉਹ ਪਿਆਰਾ ਆ ਰਿਹਾ ਹੈ ਕਿ ਨਹੀਂ ਆ ਰਿਹਾ ਜੇ ਤੂੰ ਉੜ ਗਿਆ ਤੇ ਸਮਝ ਲਓ ਪਿਆਰਾ ਆ ਰਿਹਾ ਜੇ ਤੂੰ ਨਹੀਂ ਉੜਾ ਤਾਂ ਸਮਝ ਲਓ ਪਿਆਰਾ ਨਹੀਂ ਆ ਰਿਹਾ ਇਸ ਤਰ੍ਹਾਂ ਦੀ ਇੱਕ ਵਿਚਾਰਧਾਰਾ ਸੀ ਅਕਾਲ ਕਵੀਰ ਸਾਹਿਬ ਜੀ ਨੇ ਉਸੇ ਵਿਚਾਰ ਧਾਰਨ ਨੂੰ ਆਖਿਆ ਹੇ ਕਾਲੇ ਕਾਂ ਤੂੰ ਉੜ ਮੈਂ ਤੇਤੋ ਸਦਕੇ ਜਾਵਾਂ ਭਲਾ ਜੀ ਮੇਰਾ ਪਿਆਰਾ ਪ੍ਰਭੂ ਮੈਨੂੰ ਮਿਲ ਪਵੇ ਜਦੋਂ ਆਪਾਂ ਇਸ ਤਰ੍ਹਾਂ ਦੀ ਵਿਚਾਰ ਆਪਣੇ ਮਨ ਦੇ ਨਾਲ ਕਰਾਂਗੇ ਮਨ ਦੇ ਨਾਲ ਇਹ ਵਿਚਾਰਾ ਕਰਾਂਗੇ ਤਾਂ ਉਸ ਵੇਲੇ ਸਾਡੇ ਅੰਦਰ ਪ੍ਰਭੂ ਦੇ ਮਿਲਾਪ ਦੀ ਤਾਂਗ ਵਾਸਤੇ ਸਾਡੇ ਅੰਦਰ ਇੱਕ ਵਿਚਾਰ ਪੈ ਗਈ ਵੀ ਕਿਸੇ ਤਰੀਕੇ ਦੇ ਨਾਲ ਕਿਸੇ ਵੀ ਜੁਗਤ ਦੇ ਨਾਲ ਪਿਆਰਾ ਪ੍ਰਭੂ ਸਾਨੂੰ ਮਿਲ ਪਵੇ। ਉਸ ਰਬ ਦੀ ਪ੍ਰਾਪਤੀ ਹੋ ਜਾਏ। ਗੱਲ ਤਾਂ ਇਹ ਹੈ ਕਿ ਉਸ ਰਬ ਨੂੰ ਕਿਵੇਂ ਮਿਲਣਾ ਹੈ? ਰਬ ਦੇ ਨਾਲ ਸਾਥ ਕਿਵੇਂ ਬਣਾਣੀ ਹੈ? ਫਿਰ ਆਖਣ ਲੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਮਿਲਾਪ ਵਾਸਤੇ ਤਾਂਗ ਪੈਦਾ ਕਰੀ ਜਿਵੇਂ ਉਹ ਜੀਵ ਇਸਤਰੀ ਜਿਹੜੀ ਕਾਂ ਨੂੰ ਕਹ ਰਹੀਏ ਤੂੰ ਬਨੇ ਦੇ ਤੇ ਉੜ ਜਾ। ਤੂੰ ਅੜ ਗਿਆ ਤੇ ਮੈਨੂੰ ਸਮਝ ਆ ਜਾਵੇਗੀ ਜੇ ਮੈਂ ਅਨੁਭਵ ਕਰ ਲਵਾਂਗੀ ਵੀ ਮੇਰਾ ਖਸਮ ਮੇਰਾ ਪਤੀ ਘਰ ਵਿੱਚ ਆ ਰਿਹਾ ਹੈ ਤੇ ਉਸ ਦੀ ਉਦਾਹਰਨ ਅੱਗੇ ਦਿੰਦੇ ਹੋਏ ਕਹ ਰਹੇ ਨੇ ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲੈ ਉਹ ਸਾਸਾ ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿੱਚ ਇਸਤਰੀ ਉਸ ਦਾ ਰਹਾ ਤੱਕਦੀ ਹੈ ਪੰਥ ਪੰਥ ਦਾ ਅਰਥ ਹੁੰਦਾ ਰਸਤਾ ਰਹਾ ਨਿਹਾਰਾ ਦਾ ਅਰਥ ਹੈ ਤਕਦੀ ਹੈ ਕਾਮਨੇ ਦਾ ਅਰਥ ਹੈ ਜੀਵ ਇਸਤਰੀ ਜਿਵੇਂ ਪਰਦੇਸ ਗਏ ਪਤੀ ਦਾ ਰਹਾ ਜੀਵ ਇਸਤਰੀ ਤਕਦੀ ਹੈ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਸ ਪਰਮੇਸ਼ਰ ਦੇ ਆਉਣ ਦਾ ਰਹਾ ਤਕੋ ਇਹ ਮਨ ਵਿੱਚ ਵਿਚਾਰ ਕਰੋ ਕਿ ਅਕਾਲ ਪੁਰਖ ਵਾਹਿਗੁਰੂ ਕਿਵੇਂ ਹਿਰਦੇ ਘਰ ਵਿੱਚ ਆਵੇਗਾ ਉਸ ਮਾਲਕ ਦੀ ਉਡੀਕ ਵਿੱਚ ਰੋ ਅਰੇ ਕੱਲ ਯਾਦ ਰੱਖਣਾ ਰਾਹ ਤੱਕਣਾ ਉਸ ਦਾ ਹੈ ਜਿਹਦੇ ਨਾਲ ਪਿਆਰ ਹੈ ਆਉਣ ਦੀ ਉਡੀਕ ਉਸ ਦੀ ਹੈ ਜਿਸ ਦੇ ਨਾਲ ਸਾਡਾ ਪਿਆਰ ਹੈ ਤੇ ਮਾਫ ਕਰਨਾ ਜੇ ਰੱਬ ਜੀ ਨਾਲ ਪਿਆਰ ਨਹੀਂ ਰੱਬ ਜੀ ਦਾ ਅਨੁਭਵ ਨਹੀਂ ਰੱਬ ਜੀ ਨਾਲ ਨੇੜਤਾ ਨਹੀਂ ਇਸ ਕਰਕੇ ਅਸੀਂ ਦੇਖਦੇ ਸਾਡੇ ਹਿਰਦੇ ਵਿੱਚ ਉਸ ਤਰ੍ਹਾਂ ਦੀ ਉਸ ਰੱਬ ਦੇ ਮਿਲਾਪ ਦੀ ਉਮੰਗ ਵੀ ਨਹੀਂ ਸਾਡੇ ਅੰਦਰ ਉਹ ਬੈਰਾਗ ਵੀ ਨਹੀਂ ਕਿਉਂਕਿ ਕਿ ਵਿਛੋੜੇ ਦਾ ਅਹਿਸਾਸ ਹੀ ਨਹੀਂ ਜਿੰਨਾ ਚਿਰ ਸਾਡੇ ਅੰਦਰ ਵਿਛੋੜੇ ਦਾ ਅਹਿਸਾਸ ਪੈਦਾ ਨਹੀਂ ਹੁੰਦਾ ਉਨਾ ਚਿਰ ਮਿਲਾਪ ਨਹੀਂ ਹੋ ਸਕਦਾ ਕਿਉਂਕਿ ਬਾਬਾ ਫਰੀਦ ਜੀ ਆਖਦੇ ਨੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਕਹਿੰਦੇ ਫਰੀਦਾ ਜਿਤਨ ਬਿਰਹੋ ਨ ਉਪਜੈ ਸੋ ਤਨ ਜਾਨ ਮਸਾਨ ਕੰਦੇ ਵਿਰਹਾ ਵਿਰਹਾ ਵਿੱਚ ਛੋੜਾ ਵਿਛੋੜਾ ਆਖੀਏ ਹੈ ਵਿਛੋੜੇ ਤੂੰ ਸੁਲਤਾਨ ਹੈ ਤੂੰ ਬਾਦਸ਼ਾਹ ਹੈ ਕਿਉਂ ਕਿਉਂਕਿ ਜਿਸ ਹਿਰਦੇ ਵਿੱਚ ਪਰਮਾਤਮਾ ਦਾ ਵਿਛੋੜਾ ਹੀ ਨਹੀਂ ਪੈਦਾ ਹੋਇਆ ਵਿਛੋੜੇ ਦਾ ਅਨੁਭਵ ਹੀ ਪੈਦਾ ਨਹੀਂ ਹੋਇਆ ਕਿ ਮੈਂ ਰੱਬ ਨਾਲੋਂ ਵਿਛੜਿਆ ਹੋਇਆ ਹਾਂ ਰੱਬ ਨਾਲੋਂ ਟੁੱਟਿਆ ਹੋਇਆ ਹਾਂ ਕੰਦੇ ਸੋਤਨ ਜਾਨ ਮਸਾਨ ਉਹ ਤਨ ਇਦਾਂ ਹੈ ਜਿਵੇਂ ਮਸਾਨਾ ਦੇ ਅੰਦਰ ਇਹ ਤਨ ਸੜਦਾ ਹੈ ਜਿਸ ਦੇ ਅੰਦਰ ਵਿਛੋੜੇ ਦਾ ਅਨੁਭਵ ਨਹੀਂ ਉਹ ਵੀ ਹਿਰਦੇ ਵਿੱਚ ਇਸ ਮਾਇਆ ਦੇ ਰਾਹੀਂ ਆਪਣੇ ਆਪ ਨੂੰ ਸਾੜਦਾ ਰਹਿੰਦਾ ਹੈ ਆਪਣੇ ਸਭ ਜੀਵਨ ਨੂੰ ਖਤਮ ਕਰਦਾ ਰਹਿੰਦਾ ਹੈ ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਵਿਛੋੜੇ ਦਾ ਅਹਿਸਾਸ ਹੋਣਾ ਇਹ ਬੜਾ ਲਾਜ਼ਮੀ ਹੈ ਤਾਂ ਹੀ ਅਸੀਂ ਉਸ ਦੇ ਰਾਹ ਨੂੰ ਤੱਕਾਂਗੇ ਜੇਕਰ ਪਤਨੀ ਹੋਰ-ਹੋਰ ਕਾਰ ਵਿਹਾਰ ਵਿੱਚ ਰੁੱਝ ਜਾਏ ਪਤੀ ਨਾਲ ਪ੍ਰੇਮ ਟੁੱਟ ਜਾਏ ਪਤੀ ਨਾਲ ਗਲਬਾਤ ਮੁੱਕ ਜਾਏ ਉਸ ਦੀ ਉਮੰਗ ਉਹਦੀ ਖਿੱਚ ਖਤਮ ਹੋ ਜਾਏ ਮਾਫ਼ ਕਰਨਾ ਫਿਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਪਤੀ ਆਵੇ ਨਾ ਆਵੇ ਕਦੋਂ ਆਵੇ ਪਰ ਜਿਸ ਦੇ ਅੰਦਰ ਪ੍ਰੇਮ ਹੈ ਜਿਸ ਦੇ ਅੰਦਰ ਮਿਲਣ ਦੀ ਚਾਹਤ ਹੈ ਉਹਨੂੰ ਕਦੀ ਵੀ ਨਹੀਂ ਭੁੱਲਦਾ ਗਲਤ ਹੈ ਕਿ ਪ੍ਰਭੂ ਦੇ ਨਾਲ ਭਗਤ ਕਵੀ ਸਾਹਿਬ ਕਹਿੰਦੇ ਪ੍ਰੇਮ ਕਿਦਾਂ ਦਾ ਸਾਡਾ ਕਿ ਮਿਲਨ ਦੀ ਤਾਂ ਉਹਨਾਂ ਦੀ ਜਿਨ੍ਹਾਂ ਨੂੰ ਵਿਛੋੜੇ ਦਾ ਅਹਿਸਾਸ ਹੋਇਆ ਸਭ ਤੋਂ ਪਹਿਲਾਂ ਗੁਰਬਾਣੀ ਵਿੱਚ ਇਹ ਗੱਲ ਸਾਨੂੰ ਦਰਸਾਈ ਜਾਂਦੀ ਹੈ ਕਿ ਅਨੁਭਵ ਕਰੀਏ ਸੀ ਰੱਬ ਨਾਲੋਂ ਵਿਛੜੇ ਹੋਏ ਹਾਂ ਰੱਬ ਨਾਲੋਂ ਟੁੱਟੇ ਹੋਏ ਹਾਂ ਪਰ ਇਸ ਮਾਇਆ ਨੇ ਸਾਡੇ ਉੱਤੇ ਐਸਾ ਪ੍ਰਭਾਵ ਪਾਇਆ ਹੈ ਇਸ ਸੰਸਾਰ ਦੀ ਜ਼ਿੰਮੇਵਾਰੀਆਂ ਨੇ ਐਸਾ ਪ੍ਰਭਾਵ ਪਾਇਆ ਹੈ ਜਿਨ੍ਹਾਂ ਵਿੱਚ ਅਸੀਂ ਗਲਤਾਨ ਹੋ ਕੇ ਇਹ ਗੱਲ ਭੁੱਲੀ ਜਾਂਦੇ ਹਾਂ ਕਿ ਅਸੀਂ ਰੱਬ ਨਾਲੋਂ ਵਿਛੜੇ ਹੋਏ ਹਾਂ ਕਿਉਂਕਿ ਅਸੀਂ ਇਸ ਮਾਇਆ ਦੇ ਵਿੱਚ ਗਲਤਾਨ ਹੋ ਗਏ ਔਰ ਮਾਇਆ ਵਿੱਚ ਗਲਤਾਨ ਹੋਣ ਕਰਕੇ ਸਾਨੂੰ ਇਹ ਵਿਛੋੜੇ ਦਾ ਅਹਿਸਾਸ ਹੀ ਜੀਵਨ ਚ ਮੁੱਕ ਗਿਆ ਇਸ ਕਰਕੇ ਭਗਤ ਜੀ ਕਹ ਰਹੇ ਨੇ ਕਿ ਉਸ ਜੀਵ ਇਸਤਰੀ ਦੇ ਅੰਦਰ ਜਿਸ ਦਾ ਪਤੀ ਪਰਦੇਸ ਗਿਆ ਹੈ ਉਸ ਨੂੰ ਵਿਛੋੜੇ ਦਾ ਅਹਿਸਾਸ ਹੈ ਤਾਂ ਉਹ बार-बार ਬਨੇਰੇ ਤੇ ਜਾ ਕੇ ਚੜਦੀ ਹੈ बार-बार ਉਹ ਕੋਈ ਨਾ ਕੋਈ ਜੁਗਤ ਤਰੀਕਾ ਮਨ ਵਿੱਚ ਵਿਚਾਰਦੀ ਰਹਿੰਦੀ ਵੀ ਕਿਸ ਇਸ ਜੁਗਤ ਦੇ ਨਾਲ ਮੇਰਾ ਜਿਹੜਾ ਪਤੀ ਹੈ ਉਹ ਘਰ ਦੇ ਵਿੱਚ ਆ ਜਾਏ ਕਿਉਂਕਿ ਵਿਛੋੜੇ ਦਾ ਅਹਿਸਾਸ ਹੋ ਗਿਆ ਇਸ ਤਰ੍ਹਾਂ ਕਹਿ ਲਵਾਂ ਜਿਸ ਦਿਨਾਂ ਰੱਬ ਦੀ ਘਾਟ ਅੰਦਰ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਰੱਬ ਜੀ ਤੇਰੇ ਨਾਲੋਂ ਵਿਛੜੇ ਹੋਇਆ ਹੈ ਗੁਰੂ ਮਹਾਰਾਜ ਤੇਰੀ ਘਾਟ ਮਹਿਸੂਸ ਹੋ ਰਹੀ ਹੈ ਅੱਜ ਤੇਰੀ ਵਿਚਾਰ ਤਾਰਾ ਸਾਡੇ ਹਿਰਦੇ ਵਿੱਚ ਨਹੀਂ ਮੈਸਟਰ ਆਖਦਾ ਹੁੰਨੇ ਵੀ ਰੱਬ ਨੇ ਸਾਨੂੰ ਇਤਨਾ ਕੁਝ ਦਿੱਤਾ ਘਰ ਸਾਡੇ ਫਰਨੀਚਰ ਨਾਲ ਭਰੇ ਪਏ ਨੇ ਫਰੇ ਸਾਡਾ ਜੋ ਸਬਜ਼ੀਆਂ ਨਾਲ ਦੁਨਿਆਵੀ ਪਦਾਰਥਾਂ ਨਾਲ ਭਰਿਆ ਪਿਆ ਸਾਡੇ ਬੈਂਕਾਂ ਪੈਸਿਆਂ ਨਾਲ ਭਰੀਆਂ ਪਈਆਂ ਨੇ ਪਰ ਸੱਚ ਜਾਣਨਾ ਕੁਝ ਖਾਲੀ ਹੈ ਤਾਂ ਉਹ ਸਾਡਾ ਹਿਰਦਾ ਖਾਲੀ ਉਸ ਦੇ ਵਿੱਚ ਜਪ ਦੀ ਸਾਬ ਨਹੀਂ ਵਸਿਆ ਉਸ ਦੇ ਵਿੱਚ ਗੁਰੂ ਸਾਹਿਬ ਦੇ ਵਿਚਾਰ ਧਾਰਾ ਨਹੀਂ ਵਸੀ ਜਦੋਂ ਹਿਰਦੇ ਦੇ ਦੇਖਾਂਗੇ ਇਹ ਖਾਲੀ ਹੈ ਔਰ ਇਸ ਨੂੰ ਭਰਨ ਦੀ ਕੋਈ ਅੰਦਰ ਤਾਂਗ ਵੀ ਨਹੀਂ ਹੈ ਵੇ ਜਪਜੀ ਸਾਹਿਬ ਤੋਂ ਬਿਨਾ ਹਿਰਦਾ ਖਾਲੀ ਹੈ ਗੁਰੂ ਦੀ ਬਾਣੀ ਤੋਂ ਬਿਨਾ ਹਿਰਦਾ ਖਾਲੀ ਹੈ ਤੇ ਇਸ ਦੇ ਵਿੱਚ ਬਾਣੀ ਪਾ ਲਈਏ ਗੁਰੂ ਸਾਹਿਬ ਦੇ ਵਿਚਾਰ ਤਾਰਾ ਪਾ ਲਈ ਇਹ ਉਮੰਗ ਵੀ ਨਹੀਂ ਸਿੱਖ ਦੇ ਅੰਦਰ ਵੈਂਗ ਭਰਨ ਦੀ ਉਮੰਗ ਹੈ ਕਿ ਹੋਰ ਕੱਠੇ ਕਲਵਾ ਕਰ ਦੇ ਵਿੱਚ ਸੁੰਦਰ ਤੋਂ ਸੁੰਦਰ ਸਮਾਨ ਲਿਆਣ ਦੀ ਤਾਂਗ ਹੈ ਹਰ ਇੱਕ ਦੇ ਅੰਦਰ ਨਵੇਂ ਤੋਂ ਨਵੇਂ ਪਦਾਰਥ ਬੰਦਾ ਨਿਤ ਭੋਗਦਾ ਤੇ ਇਕੱਠੇ ਕਰਦਾ ਪਰ ਜਿਸ ਤਰ੍ਹਾਂ ਦੀ ਤਾਂਗ ਅਸੀਂ ਦੇਖਦੇ ਦੁਨੀਆਂ ਵੀ ਸੰਸਾਰੀ ਪਦਾਰਥਾਂ ਦੀ ਹੈ ਉਸ ਤਰ੍ਹਾਂ ਦੀ ਤਾਂ ਗੁਰਬਾਣੀ ਦੀ ਵਿਚਾਰ ਦੀ ਨਹੀਂ ਹੈ ਇਸ ਕਰਕੇ ਅੱਜ ਬਹੁਤ ਸਾਰੇ ਘਰਾਂ ਵਿੱਚੋਂ ਮਾਫ ਕਰਨਾ ਕਿ ਜਿੱਥੇ ਕਦੀ ਗੁਰਬਾਣੀ ਦੀ ਪੋਥੀਆਂ ਹੁੰਦੀਆਂ ਸਨ ਅੱਜ ਉਹਨਾਂ ਅਲਮਾਰੀਆਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਆ ਗਈਆਂ ਇਹ ਸੱਚਾਈ ਹੈ ਕਿਉਂ ਕਿ ਪ੍ਰਭੂ ਦੀ ਜਿਹੜੀ ਵਿਛੋੜੇ ਦੀ ਜਿਹੜੀ ਗੱਲ ਸੀ ਨਾ ਉਹ ਸਾਡੇ ਜੀਵਨ ਚੋਂ ਦੂਰ ਹੁੰਦੀ ਚਲੀ ਗਈ ਵਿਛੋੜੇ ਦਾ ਅਹਿਸਾਸ ਖਤਮ ਹੁੰਦਾ ਚਲਾ ਗਿਆ ਜਿਵੇਂ ਜਿਵੇਂ ਮਿਛੋੜੇ ਦਾ ਅਹਿਸਾਸ ਖਤਮ ਹੋਵੇਗਾ ਇਹ ਸੰਸਾਰੀ ਚੀਜ਼ਾਂ ਜਿਹੜੀਆਂ ਸਾਡੇ ਘਰ ਵਿੱਚ ਆਣ ਗਈਆਂ ਇਹਨਾਂ ਨਸਿਆਂ 'ਚ ਅਸੀਂ ਪਾਵਾਂਗੇ ਹੋਰ ਰੱਬ ਜੀ ਨਾਲੋਂ ਦੂਰ ਚਲੇ ਜਾਵਾਂਗੇ ਪਰਮੇਸ਼ਰ ਦੀ ਨੇੜਤਾ ਨਹੀਂ ਹਾਸਲ ਹੋਏਗੀ ਔਰ ਦੁੱਖ ਸਾਡੇ ਵੱਧੇ ਚਲੇ ਜਾਣਗੇ ਕਿਉਂਕਿ ਜਿਤਨਾ ਸੀ ਆਪਣੇ ਅਸਲੇ ਨਾਲੋਂ ਦੂਰ ਜਾਵਾਂਗੇ ਉਤਨੇ ਹੀ ਅਸੀਂ ਦੁਖੀ ਹੋਵਾਂਗੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀ ਤੇ ਜਾ ਰਹੇ ਸਨ ਤਾਂ ਇੱਕ ਸਰੋਵਰ ਕੋਲ ਜਾ ਕੇ ਬਹਿ ਜਾਂਦੇ ਹਨ ਸਰੋਵਰ ਕੋਲ ਬੈੰਦੇ ਹਨ ਉਹ ਬੜਾ ਹਰਾ ਭਰਾ ਹੈ ਕੋਲ ਫੁੱਲ ਖਿੜੇ ਹੋਏ ਨੇ ਬੜੀ ਸੁਗੰਧੀ ਹੈ ਕਾਫੀ ਸਮਾਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਸਰੋਵਰ ਕੋਲ ਬੈਠੇ ਰਹੇ ਉਸ ਦੀ ਕੁਦਰਤ ਦਾ ਅਨੰਦ ਮਾਣ ਰਹੇ ਹਨ ਉਸ ਰੱਬ ਦੀ ਕੁਦਰਤ ਨੂੰ ਨੇੜੇ ਹੋ ਕੇ ਤੱਕ ਰਹੇ ਹਨ ਪਰ ਜਦੋਂ ਕਹਿੰਦੇ ਨੇ 2-3 ਸਾਲਾਂ ਦੀ ਉਦਾਸੀ ਤੋਂ ਬਾਅਦ ਇਹ ਉਦੋਂ ਦੀ ਘਟਨਾ ਹੈ ਜਦੋਂ ਬਾਬਾ ਨਾਨਕ ਦੀ ਤੀਜੀ ਉਦਾਸੀ ਤੇ ਮੱਕੇ ਮਦੀਨੇ ਵੱਲ ਜਾਂਦੇ ਹਨ ਇਹ ਮੁਲਤਾਨ ਦੇ ਇਲਾਕੇ ਦੀ ਘਟਨਾ ਹੈ ਜਦੋਂ 3 ਸਾਲ ਬਾਅਦ ਬਾਬਾ ਨਾਨਕ ਜੀ ਵਾਪਸ ਆਉਂਦੇ ਨੇ ਤੇ ਮਨ ਵਿੱਚ ਇਹ ਗੱਲ ਹੈ ਕਿ ਕੁਦਰਤ ਦੇ ਉਸ ਨਜ਼ਾਰੇ ਨੂੰ ਜਾ ਕੇ ਤੱਕਾਂਗੇ ਜਿਸ ਸਰੋਵਰ ਵਿੱਚ ਕਮਲ ਦੇ ਫੁੱਲ ਖਿੜੇ ਹੋਏ ਨੇ ਜਿਸ ਦੇ ਵਿੱਚ ਬੜੀ ਸੁਗੰਧੀ ਹੈ ਗੁਰੂ ਨਾਨਕ ਪਾਤਸ਼ਾਹ ਕੁਦਰਤ ਵਿੱਚੋਂ ਉਸ ਕਾਦਰ ਨੂੰ ਅਨੁਭਵ ਕਰਦੇ ਸਨ ਇਸ ਕਰਕੇ ਜਦੋਂ ਅਸੀਂ ਗੁਰੂ ਨਾਨਕ ਪਤਾ ਮਹਾਰਾਜ ਦੀ ਬਾਣੀ ਪੜ੍ਹਦੇ ਨਾ ਤੇ ਉਹ ਕੁਦਰਤ ਦੇ ਨਾਲ ਸਾਨੂੰ ਬਹੁਤ ਜੋੜਦੇ ਨੇ ਔਰ ਕਹਿੰਦੇ ਵੀ ਨੇ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਵੀ ਸੱਚੇ ਪਾਤਸ਼ਾਹ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਮੈਂ ਪਰ ਤੇਰੀ ਕੁਦਰਤ ਤੋਂ ਬਲਿਹਾਰ ਹਾਂ ਉੱਥੇ ਵੀ ਬਲਿਹਾਰ ਜਾ ਰਹੇ ਸੰਸਦ ਗੁਰੂ ਮਨ ਵਿੱਚ ਵਿਚਾਰ ਸੀ ਬਲਿਹਾਰ ਜਾਵਾਂਗੇ ਪਰ ਹੈਰਾਨੀ ਦੀ ਗੱਲ ਜਦੋਂ ਸਰੋਵਰ ਵੱਲ ਨੂੰ ਵੱਧ ਰਹੇ ਨੇ ਤੇ ਜਿਵੇਂ ਜਿਵੇਂ ਨੇੜੇ ਆਏ ਜਾਂਦੇ ਨੇ ਦੂਰੋਂ ਹੀ ਬਦਬੂ ਆਣੀ ਸ਼ੁਰੂ ਹੋ ਰਹੀ ਹੋ ਗਈ ਇੰਝ ਲੱਗ ਰਿਹਾ ਪਿਆਰਿਓ ਜਿਵੇਂ ਕੋਈ ਪਸ਼ੂ ਮਰਿਆ ਪਿਆ ਔਰ ਪਸ਼ੂ ਉਸ ਪਸ਼ੂ ਦੀ ਬਦਬੂ ਹੈ ਮਰੇ ਹੋਏ ਪਸ਼ੂ ਦੀ ਪਰ ਫਿਰ ਵੀ ਬਾਬਾ ਨਾਨਕ ਜੀ ਸਰੋਵਰ ਨੂੰ ਦੇਖਣਾ ਚਾਹੁੰਦੇ ਨੇ ਉਹਦੇ ਹੋਂਦ ਜਿਹੜੀ ਸੀ ਦੇਖੀ ਸੀ ਜਿਹੜੀ ਕੁਦਰਤ ਤੋਂ ਗੁਰੂ ਨਾਨਕ ਪਾਤਸ਼ਾਹ ਕਈ ਸਾਲ ਪਹਿਲਾਂ ਬਲੇਹਾਰ ਗਏ ਸਨ ਉਸ ਕੁਦਰਤ ਨੂੰ ਤੱਕਣਾ ਚਾਹੁੰਦੇ ਨੇ ਔਰ ਸਾਨੂੰ ਕੁਝ ਗਿਆਨ ਵਖਸਣਾ ਚਾਹੁੰਦੇ ਹਨ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਸਰੋਵਰ ਕੋਲ ਆਉਂਦੇ ਨੇ ਤੇ ਉੱਥੇ ਕੋਈ ਪਸ਼ੂ ਨਹੀਂ ਮਰਿਆ ਪਿਆ ਸਗੋਂ ਜਿਹੜੇ ਫੁੱਲ ਖਿੜੇ ਹੋਏ ਸਨ ਉਹ ਫੁੱਲ ਜਿਹੜੇ ਨੇ ਉਸ ਪਾਣੀ ਵਿੱਚ ਸੜ ਰਹੇ ਹਨ ਉਸ ਸਰੋਵਰ ਵਿੱਚ ਪਾਣੀ ਨਹੀਂ ਬਾਬਾ ਨਾਨਕ ਜੀ ਨੇ ਉੱਥੇ ਰੱਬੀ ਕਲਾਮ ਉਚਾਰਨ ਕੀਤਾ ਕਹਿੰਦੇ ਭੱਬਰ ਤੂੰ ਹਰੀਆਵਲਾ ਕਵਲਾ ਕੰਚਨ ਬਨ ਕਹਿ ਦੋਖੜੈ ਸੜਿਓਏ ਕਾਲੀ ਹੋਈ ਹੈ ਦਿਹੋਰੀ ਬਾਬਾ ਨਾਨਕ ਜੀ ਕਹਿੰਦੇ ਨੇ ਵੀ ਤੂੰ ਜਦੋਂ ਅਸੀਂ ਤੇਰੇ ਕੋਲ ਬੈਠ ਕੇ ਗਏ ਤੂੰ ਹਰਾ ਭਰਸ ਹੈ ਕਮਲ ਦੇ ਫੁੱਲ ਖਿੜੇ ਹੋਏ ਸਨ ਇਤਨਾ ਨਿਰਮਲ ਜਲ ਸੁਗੰਧੀ ਤੇ ਅਜ ਬਦਬੂ ਦੇ ਟਹਿਰ ਦੇ ਵਾਂਗ ਐਜਾਂ ਜਿਵੇਂ ਕੋਈ ਪਸ਼ੂ ਮਰਿਆ ਪਿਆ ਹੋਵੇ ਐਡੀ ਬਦਬੂ ਤੇਰੇ ਵਿੱਚੋਂ ਆ ਰਹੀ ਕੋਈ ਤੇਰੇ ਨੇੜੇ ਨਹੀਂ ਆ ਸਕਦਾ ਵੀ ਕੀ ਕਾਰਨ ਹੋਇਆ ਤੂੰ ਸੜ ਗਿਆ ਕੰਦੇ ਸਰੋਵਰ ਨੇ ਜਵਾਬ ਦਿੱਤਾ ਕਹਿੰਦੇ ਨੇ ਜਾਣਨਾ ਪਾਣੀ ਨਾਲ ਆਹ ਜੈ ਸੇਤੀ ਮੇਰਾ ਸੰਗ ਕਹਿੰਦੇ ਜਿੱਥੋਂ ਪਾਣੀ ਆਉਂਦਾ ਸੀ ਨਾ ਉਹ ਪਾਣੀ ਹੁਣ ਮੈਨੂੰ ਪ੍ਰਾਪਤ ਨਹੀਂ ਹੋ ਰਿਹਾ ਜਿਹਦੇ ਨਾਲ ਮੇਰਾ ਸੰਗ ਜੁੜਿਆ ਸੀ ਜਿਸ ਕਰਕੇ ਮੈਂ ਹਰਾ ਭਰਾ ਸੀ ਮੈਂ ਆਪਣੇ ਅਸਲੇ ਨਾਲੋਂ ਟੁੱਟ ਗਿਆ ਉਸ ਪਾਣੀ ਦੇ ਸੋਮੇ ਨਾਲੋਂ ਟੁੱਟ ਗਿਆ ਅੱਜ ਮੇਰੀ ਹਾਲਤ ਇਹ ਬਣ ਗਈ ਹੈ। ਬਸ ਬਾਬਾ ਨਾਨਕ ਕਹਿੰਦੇ ਨੇ ਕਹਿੰਦੇ ਕੁਦਰਤ ਨੂੰ ਧਿਆਨ ਨਾਲ ਤੱਕੋ ਜੇਕ ਸਰੋਵਰ ਆਪਣੇ ਅਸਲੇ ਨਾਲੋਂ ਟੁੱਟ ਕੇ ਇਹ ਹਾਲਤ ਹੋ ਜਾਂਦੀ ਹੈ ਉਹ ਦੁਨੀਆਂ ਦੇ ਲੋਕੋ ਤੁਹਾਡਾ ਅਸਲਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਨਾਲੋਂ ਟੁੱਟ ਕੇ ਤੁਹਾਡੀ ਹਾਲਤ ਕੀ ਹੋਵੇਗੀ? ਸਿਰਫ ਬਦਬੂ ਦੇ ਢੇਰ ਹੀ ਹੋਵੋਗੇ। ਹੋਰ ਤੁਹਾਡਾ ਜੀਵਨ ਕੀ ਹੋਏਗਾ ਦੇਖੋ ਨਾ ਰੱਬ ਨੇ ਸਾਡੇ ਉਤੇ ਕਿੰਨੀ ਕਿਰਪਾ ਕੀਤੀ ਪਰ ਅਸੀਂ ਉਸ ਰੱਬ ਨਾਲੋਂ ਟੁੱਟ ਜਾਂਦੇ ਹਾਂ ਇੱਕ ਵਿਦਵਾਨ ਲਿਖਦਾ ਹੈ ਅੱਡ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਹੈ ਸਪਾਈ ਸੋਨਾ ਫੇਰ ਫੇਰ ਦੰਦਾ ਹੈ ਕਹਿੰਦੇ ਵਾਹਿਗੁਰੂ ਨੇ ਅਸੀਂ ਕਿਰਪਾ ਕੀਤੀ ਅੱਡ ਅੱਡ ਹੱਡੀਆਂ ਦੇ ਜੋੜ ਜੋੜ ਕੇ ਸਰੀਰ ਨੂੰ ਬਣਾ ਦਿੱਤਾ ਤੇ ਐਸਾ ਰੰਦਾ ਮਾਰਿਆ ਕਹਿੰਦੇ ਕਿ ਛਿੱਲੜ ਨਹੀਂ ਰਹਿਣ ਦਿੱਤੀ ਇੰਨਾ ਚਿਕਨਾ ਸਰੀਰ ਇਸ ਵਾਹਿਗੁਰੂ ਦੀ ਕਾਰਾਗਰੀ ਹੈ ਅੱਡ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਹੈ ਸਪਾਈ ਸੋਨਾ ਫੇਰ ਫੇਰ ਰੰਦਾ ਹੈ ਕਹਿੰਦੇ ਬੰਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਹੈ ਬੰਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ ਹੈ ਕਹਿੰਦੇ ਬੰਦਗੀ ਤੋਂ ਬਗੈਰ ਬੰਦਾ ਗੰਦਕੀ ਤੋਂ ਵਿਗੰਦਾ ਜੇ ਬੰਦਾ ਹੋ ਕੇ ਬੰਦਕੀ ਨਹੀਂ ਕਰਦਾ ਨਾ ਤੇ ਉਹ ਬੰਦਕੀ ਤੋਂ ਬਗੈਰ ਕਹਿੰਦੇ ਗੰਦੇ ਢੇ ਨਾਲੋਂ ਵੀ ਜ਼ਿਆਦਾ ਗੰਦਾ ਹੈ। ਔਰ ਉਸ ਗੰਦਗੀ ਵਿੱਚ ਹੀ ਪੈ ਕੇ ਸੱਚ ਜਾਣਨਾ ਸਾਨੂੰ ਵਿਛੋੜੇ ਦਾ ਅਨੁਭਵ ਨਹੀਂ ਦਿੰਦਾ। ਅਸੀਂ ਆਪਣੇ ਅਸਲ ਦੇ ਨਾਲੋਂ ਟੁੱਟੇ ਰਹਿੰਦੇ ਹਾਂ। ਆਪਣੇ ਅਸਲੇ ਤੋਂ ਦੂਰ ਚਲੇ ਜਾਂਦੇ ਹਾਂ। ਪਰ ਜਿਸ ਨੂੰ ਆਪਣੇ ਵਿਛੋੜੇ ਦਾ ਅਹਿਸਾਸ ਹੈ ਜਿਸ ਦੇ ਅੰਦਰ ਮਿਲਾਪ ਦੀ ਤਾਂਗ ਹੈ ਉਸ ਦਾ ਹਿਰਦਾ ਇਦਾਂ ਦਾ ਬਣ ਜਾਂਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਪੰਥ ਨਿਹਾਰੇ ਕਾਮਣੀ ਲੋਚਨ ਭਰੀਲੇ ਉਹ ਸਾਸਾ ਉਰ ਨਾ ਭੀਜੈ ਪਗ ਨਾ ਖੀਸੈ ਹਰ ਦਰਸ਼ਨ ਕੀ ਆਸਾ ਅੱਖਾਂ ਲਗੇ ਜਿਹਦੇ ਅੰਦਰ ਆਪਣੇ ਪਤੀ ਦੀ ਉਡੀਕ ਹੈ ਕਹਿੰਦੇ ਉਸ ਜੀਵ ਇਸਤਰੀ ਦਾ ਜਿਹੜਾ ਹਿਰਦਾ ਹੈ ਨਾ ਉਹ ਹਰ ਵੇਲੇ ਤੜਫਦਾ ਰਹਿੰਦਾ ਹੈ ਤੇ ਉਹ ਜੀਵ ਇਸਤਰੀ ਆਪਣੇ ਪਤੀ ਦਾ ਰਾਹ ਤੱਕਦੀ ਹੈ ਉਸ ਦੀਆਂ ਅੱਖਾਂ ਜਿਹੜੀਆਂ ਨੇ ਹੰਝੂਆਂ ਨਾਲ ਭਰੀਆਂ ਰਹਿਣੀਆਂ ਨੇ ਨੀਰ ਵਗਦਾ ਰਹਿੰਦਾ ਹੈ ਕਿਉਂ ਕਿ ਵਿਛੋੜਾ ਜਿਹੜਾ ਉਹਨੂੰ ਚੈਨ ਨਾਲ ਨਹੀਂ ਬੈਠਣ ਦੇ ਰਿਹਾ ਵਿਛੋੜਾ ਉਸਨੂੰ ਤੰਗ ਕਰ ਰਿਹਾ ਹੈ ਇਸ ਕਰਕੇ ਤਾਂ ਗੁਰਦੇਵ ਪਿਤਾ ਨੇ ਕਿਹਾ ਸੀ ਕੰਦੇ ਨੇ ਜੀਵ ਇਸਤਰੀ ਜਿਹੜੀ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਹਿੰਦੇ ਰੂਖੋ ਭੋਜਨ ਭੂਮ ਸੈਨ ਮੇਰੀ ਮਾਂ ਮੈਨੂੰ ਪਤੀ ਦੇ ਨਾਲ ਭਾਵੇਂ ਰੁੱਖਾ ਭੋਜਨ ਮਿਲ ਜਾਏ ਭੂਮ ਸੈਨ ਮੈਨੂੰ ਜ਼ਮੀਨ ਦੇ ਉੱਤੇ ਸੋਨਾ ਮਿਲ ਜਾਏ ਪਰ ਪ੍ਰੈਸੰਗ ਸੁਖ ਵਿਆਤ ਮੈਂ ਪਤੀ ਦੇ ਨਾਲ ਵਸਦੀ ਹੀ ਸੁਖੀ ਵੱਸ ਸਕਦੀ ਹਾਂ ਭਾਵੇਂ ਭੋਜਨ ਰੁੱਖਾ ਹੋਵੇ ਪਾਵੇਂ ਜ਼ਮੀਨ ਤੇ ਸੋਨਾ ਮਿਲ ਜਾਏ ਪਰ ਮੈਂ ਆਪਣੇ ਪਤੀ ਤੋਂ ਵਿਛੜ ਕੇ ਪਤੀ ਤੋਂ ਦੂਰ ਜਾ ਕੇ ਸੁਖੀ ਨਹੀਂ ਰਹਿ ਸਕਦੀ ਸਿੱਖੋ ਕਬੀਰ ਸਾਹਿਬ ਵੀ ਇਹ ਇਥੇ ਸਮਝਾਣਾ ਚਾਹੁੰਦੇ ਨੇ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੋ ਕੇ ਅਸੀਂ ਕਦੀ ਸੁਖੀ ਨਹੀਂ ਹੋ ਸਕਦੇ ਜੇ ਰੱਬ ਨਾਲੋਂ ਵਿਛੜੇ ਹੋਇਆ ਤਾਂ ਸੱਚ ਇਹ ਹੈ ਕਿ ਜਿੰਨ ਕੇ ਕਦੀ ਸੁਖ ਦੀ ਪ੍ਰਾਪਤੀ ਨਹੀਂ ਹੋਣੀ ਇਸ ਕਰਕੇ ਇਸ ਵਿਛੋੜੇ ਦਾ ਅਹਿਸਾਸ ਕਰਕੇ ਜਿਵੇਂ ਜੀਵ ਇਸਤਰੀ ਪਰਦੇਸ ਗਏ ਪਤੀ ਦੀ ਉਡੀਕ ਕਰਦੀ ਹੈ ਇਸ ਤਰ੍ਹਾਂ ਕਹਿੰਦੇ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਰਾਹਤ ਕੋ ਵੀ ਰੱਬ ਜੀ ਤੁਸੀਂ ਕਦੋਂ ਮੇਰੇ ਹਿਰਦੇ ਵਿੱਚ ਆਓਗੇ ਕਦੋਂ ਤੁਸੀਂ ਪ੍ਰਤੱਖ ਹੋਵੋਗੇ ਤੇ ਉਹ ਜੀਵ ਇਸਤਰੀ ਕਹਿੰਦੇ ਨੇ ਰਾਹਤਕ ਦੀ ਹੈ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਭਰੇ ਰਹਿੰਦੇ ਨੇ ਤੇ ਉਸ ਸਾਸਾ ਦਾ ਅਰਥ ਹੈ ਉਹ ਓਬੇ ਸਾਹ ਲੈਂਦੀ ਹੈ ਕਿ ਸਾਕ ਓਖੇ ਓਖੇ ਆਂਦੇ ਨੇ ਕਿਉਂਕਿ ਪਤੀ ਜੋ ਪਰਦੇਸ ਗਿਆ ਹੋਇਆ ਹੈ ਪਤੀ ਦੇ ਆਉਣ ਦੀ ਉਡੀਕ ਹੈ ਫਿਰ ਕਹਨ ਲੱਗੇ ਉਰ ਨਾ ਭੀਜੈ ਪਗ ਨਾ ਖਿਸੈ ਰਹਾ ਤੱਕਦੇ ਆ ਉਸ ਦਾ ਦਿਲ ਰਜਦਾ ਨਹੀਂ ਉਰ ਕਹਿੰਦੇ ਨੇ ਹਿਰਦੇ ਨੂੰ ਉਰ ਦਾ ਅਰਥ ਕੀ ਹੈ ਜੀ ਹਿਰਦਾ ਨਾ ਭੀਜੈ ਰਹਾ ਤੱਕਦੇ ਆ ਉਸ ਦਾ ਹਿਰਦਾ ਭਰਦਾ ਨਹੀਂ ਹੈ ਉਹਦਾ ਦਿਲ ਰਜਦਾ ਨਹੀਂ ਹੈ ਉਹਦਾ ਦਿਲ ਕਰਦਾ ਮੈਂ ਦੇਖੀ ਜਾਵਾਂ ਦੇਖੀ ਜਾਵਾਂ ਦੇਖੀ ਜਾਵਾਂ ਕਦੋਂ ਮੇਰੇ ਪਿਆਰੇ ਨੇ ਆਉਣਾ ਕੰਨੇ ਪਗ ਨਾ ਖਿਸਸਿਆ ਉਸਦਾ ਪੈਰ ਖਿਸਕਦਾ ਨਹੀਂ ਪਗ ਨਾ ਖਿਸਸਿਆ ਉਹਦਾ ਪੈਰ ਨਹੀਂ ਖਿਸਕਦਾ ਪਾਉ ਕਿ ਖਲੋਤੀ ਖਲੋਤੀ ਥੱਕਦੀ ਨਹੀਂ ਹੈ ਕਈ ਕਈ ਘੰਟੇ ਖੜ ਜਾਂਦੀ ਹੈ ਬਨੇਰਿਆਂ ਤੇ ਪਰ ਉਹ ਕਦੀ ਖੜਦੀ ਨਹੀਂ ਘਰ ਦੇ ਵਿੱਚ ਖੜੀ ਉਡੀਕ ਕਰਦੀ ਹੈ ਥੱਕਦੀ ਨਹੀਂ ਕਿਉਂ ਕਿਉਂਕਿ ਪਤੀ ਨਾਲ ਪਿਆਰ ਹੈ ਕੰਨੇ ਨੇ ਸਿਖਾ ਇਸ ਤਰ੍ਹਾਂ ਤੇਰੇ ਅੰਦਰ ਹਰੀ ਪ੍ਰਮਾਤਮਾ ਦੇ ਦਰਸ਼ਨਾਂ ਦੀ ਉਡੀਕ ਹੋਵੇ ਹਰ ਦਰਸਨ ਕੀ ਆਸ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਉਸ ਵਿਰਹੀ ਜੋੜੇ ਦੀ ਜਿਸ ਨੇ ਵਿਛੋੜੇ ਨੂੰ ਅਨੁਭਵ ਕੀਤਾ ਜਿਸ ਨੂੰ ਪ੍ਰਭੂ ਦੇ دیدار ਦੀ ਉਹਦੇ ਦਰਸ਼ਨਾਂ ਦੀ ਉਹਦੇ ਮਿਲਾਪ ਦੀ ਉਡੀਕ ਰਹਿੰਦੀ ਹੈ ਕਬੀਰ ਸਾਹਿਬ ਕਹਿੰਦੇ ਉਸ ਦੇ ਹਿਰਦੇ ਵੀ ਇਦਾਂ ਹੀ ਹੁੰਦਾ ਹੈ ਜਿਹੜਾ ਕਿ ਵਿਛੜਿਆ ਹੋਇਆ ਜੀਵ ਹੈ ਜਿਸ ਨੂੰ ਵਿਛੋੜੇ ਦਾ ਅਹਿਸਾਸ ਹੈ ਮਾਫ ਕਰਨਾ ਜੇ ਵਿਛੋੜੇ ਦਾ ਅਹਿਸਾਸ ਨਹੀਂ ਤੇ ਇਹ ਤੜਫ ਕਦੀ ਪੈਦਾ ਨਹੀਂ ਹੋ ਸਕਦੀ ਜਿਹੜੀ ਤੜਫ ਦੀ ਗੱਲ ਭਗਤ ਕਬੀਰ ਸਾਹਿਬ ਜੀ ਸਬਦ ਵਿੱਚ ਕਰ ਰਹੇ ਨੇ ਜਿਨ੍ਹਾਂ ਵਿੱਚ ਇਹ ਤੜਫ ਸੀ ਨਾ ਉਹਨਾਂ ਨੇ ਗੁਰੂ ਨੂੰ ਯਾਦ ਕੀਤਾ ਔਰ ਗੁਰੂ ਨੇ ਉੱਥੇ ਜਾ ਕੇ ਦਰਸ਼ਨ ਦਿੱਤੇ ਇੱਕ ਨਹੀਂ ਕਿਤਨੇ ਸਿੱਖਾਂ ਦਾ ਇਤਿਹਾਸ ਹੈ ਕਿਤੇ ਮਾਈ ਭਾਗ ਭਰੀ ਗੁਰੂ ਸਾਹਿਬ ਨੂੰ ਯਾਦ ਕਰਦੀ ਹੈ ਗੁਰਸਾ ਉਹਥੇ ਜਾ ਕੇ ਦਰਸ਼ਨ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਗੁਰੂ ਦੇ ਵਿਛੋੜੇ ਦਾ ਅਹਿਸਾਸ ਹੈ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੈ ਇਹ ਗੱਲ ਯਾਦ ਰੱਖਣਾ ਅਹਿਸਾਸ ਹੀ ਮਨੁੱਖ ਦੇ ਅੰਦਰ ਉਮੰਗ ਪੈਦਾ ਕਰਦਾ ਹੈ ਤੇ ਜਦੋਂ ਅਹਿਸਾਸ ਹੁੰਦਾ ਫਿਰ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਫਿਰ ਮੈਂ ਬੇਨਤੀ ਕਰਦਾ ਹੁੰਦਾ ਜਦੋਂ ਪਿਆਸ ਲੱਗ ਪਵੇ ਨਾ ਫਿਰ ਬੰਦੇ ਦੀ ਤਲਾਸ਼ ਸ਼ੁਰੂ ਹੁੰਦੀ ਹੈ ਇੱਕ ਵਾਰੀ ਵਿਚਾਰਨ ਕਰੋ ਸਤਨਾਮ ਉਸ ਤੋਂ ਪਹਿਲਾਂ ਕਦੇ ਤਲਾਸ਼ ਸਰੀ ਨੂੰ ਨੇ ਬੰਦੇ ਨੂੰ ਪਿਆਸ ਨਾ ਲੱਗੀ ਹੋਵੇ ਨਾ ਤੁਸੀਂ ਕਹੋ ਸੋਨੇ ਦੇ ਗਲਾਸ ਵਿੱਚ ਪਾਣੀ ਲਿਆਂਦਾ ਕਹਿੰਦੇ ਨਹੀਂ ਪਿਆਸ ਨਹੀਂ ਹੈ ਤੇ ਮਨੁੱਖ ਨੂੰ ਪਿਆਸ ਲੱਗੀ ਹੋਵੇ ਨਾ ਤੇ ਉਹ ਪਾਣੀ ਤਲਾਸ਼ਦਾ ਹੈ ਇੱਕ ਬੂੰਦ ਵੀ ਉਹਦੇ ਵਾਸਤੇ ਬੜੀ ਕੀਮਤੀ ਹੋ ਜਾਂਦੀ ਹੈ ਕਿਉਂਕਿ ਉਸ ਤੋਂ ਬਗੈਰ ਮਰਨ ਵਾਲਾ ਹੋ ਜਾਂਦਾ ਐਸੀ ਹਾਲਤ ਬਣ ਜਾਂਦੀ ਹੈ ਇਸ ਕਰਕੇ ਪਿਆਸ ਹੈ ਜਿੱਥੇ ਪਹਿਲਾ ਅਹਿਸਾਸ ਫਿਰ ਪਿਆਸ ਫਿਰ ਤੇਜੀ ਕਰ ਹੈ ਤਲਾਸ਼ ਜਦੋਂ ਤਲਾਸ਼ੁਰ ਹੁੰਦੀ ਹੈ ਫਿਰ ਮਨੁੱਖ ਲੱਭ ਲੈਂਦਾ ਹੈ ਜਦੋਂ ਪਰਮਾਤਮਾ ਦੀ ਤਲਾਸ਼ ਕਰਦਾ ਹੈ ਫਿਰ ਇਹ ਕਿਤਨਾ ਨੂੰ ਪੁੱਛਦਾ ਦੱਸੋ ਰੱਬ ਕਿਵੇਂ ਮਿਲੇਗਾ ਕਿਵੇਂ ਰੱਬ ਤੱਕ ਪਹੁੰਚਾਂਗੇ ਔਰ ਜਦੋਂ ਇਹ ਵਿਚਾਰ ਦਾ ਜਨਮ ਹੁੰਦਾ ਹੈ ਫਿਰ ਕਿਤੇ ਜਾ ਕੇ ਉਰਮੇਸਰ ਦੇ ਨੇੜੇ ਹੁੰਦਾ ਮਨੁੱਖ ਤਾਂ ਕਿਤੇ ਜਾ ਕੇ ਰੱਬ ਦੇ ਦਰਸ਼ਨ ਹੁੰਦੇ ਨੇ ਜਦੋਂ ਇਸ ਤਰ੍ਹਾਂ ਦੀ ਉਮੰਗ ਪੈਦਾ ਹੋ ਜਾਏ ਫਿਰ ਕਹਿੰਦੇ ਨੇ ਕਵੀ ਸਾਹਿਬ ਕਹਿੰਦੇ ਕਹ ਕਵੀਰ ਜੀਵਨ ਪਦਕਾਰਨ ਹਰ ਕੀ ਭਗਤ ਕਰੀ ਜੈ ਸੱਚ ਗੱਲ ਤਾਂ ਇਹ ਹੈ ਪਿਆਰ ਵਾਲਿਓ ਕਿ ਜੇ ਆਪਾਂ ਨੂੰ ਰੱਬ ਦੇ ਦਰਸ਼ਨਾਂ ਦੀ ਤਾਂਗ ਹੈ ਰੱਬ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ किस वास्ते पैदा हुई क्यों रब ਦੇ ਦਰਸ਼ਨ ਚਾਹੀਦੇ ਕਿਉਂ ਰਬ ਨੂੰ ਦੇਖਣਾ ਚਾਹੁੰਨੇ ਆ ਕਿਉਂ ਰਬ ਨੂੰ ਮਿਲਣਾ ਚਾਹੁੰਨੇ ਆ ਅਸਲ ਵਿੱਚ ਰਬ ਨੂੰ ਕਬੀ ਸੱਕ ਨੇ ਇਸ ਕਰਕੇ ਮਿਲਣਾ ਹੈ ਕਿਉਂਕਿ ਜੀਵਨ ਦਾ ਅਸਲੀ ਦਰਜਾ ਪ੍ਰਾਪਤ ਹੋ ਜਾਏ ਜ਼ਿੰਦਗੀ ਦੀ ਅਸਲੀਅਤ ਵਾਸਤੇ ਕਿ ਅਸਲੀ ਜ਼ਿੰਦਗੀ ਜਿਹੜੀ ਹੈ ਉਹ ਮੈਂ ਹਾਸਲ ਕਰ ਲਵਾਂ ਜੀਵਨ ਦਾ ਉਹ ਉੱਚਾ ਪਦ ਪ੍ਰਾਪਤ ਹੋ ਜਾਏ ਦੇਖੋ ਦੋ ਤਰ੍ਹਾਂ ਦਾ ਜੀਵਨ ਹੈ ਇੱਕ ਸਰੀਰਿਕ ਜੀਵਨ ਹੈ ਜੋ ਪਦਾਰਥਾਂ ਦੇ ਭੋਗ ਵਿਲਾਸ ਦਾ ਜੀਵਨ ਹੈ ਇੱਕ ਪਰਮार्थ ਵੱਲੋਂ ਮਿਲਿਆ ਹੋਇਆ ਜੀਵਨ ਹੈ ਜਿਹੜਾ ਭੋਗ ਵਿਲਾਸ ਪਦਾਰਥਾਂ ਦਾ ਜੀਵਨ ਹੈ ਇਹ ਅਤ ਦੇ ਦੁੱਖ ਜੀਵਨ ਚ ਲੈ ਕੇ ਆਉਂਦਾ ਹੈ ਪਰ ਜਿਹੜਾ ਪਰਮार्थ ਦਾ ਮਾਰਗ ਹੈ ਇਹ ਸੰਸਾਰ ਦੇ ਵਿੱਚ ਮਨੁੱਖ ਨੂੰ ਅਨੰਦ ਦੀ ਪ੍ਰਾਪਤੀ ਤੱਕ ਪਹੁੰਚਾ ਦਿੰਦਾ ਹੈ ਭੋਗ ਵਿਲਾਸ ਦਾ ਮਾਰਗ ਜਦੋਂ ਅਰੰਭ ਕਰਦੇ ਹਾਂ ਬੜਾ ਚੰਗਾ ਲੱਗਦਾ ਹੈ ਬੜਾ ਰਸ ਲੈਂਦੇ ਹਾਂ ਜਿਵੇਂ ਕੱਲ ਭਾਈ ਸਾਹਿਬ ਜ਼ਿਕਰ ਕਰ ਰਹੇ ਸਨ ਵੀ ਬੜਾ ਮਜ਼ਾ ਆਉਂਦਾ ਹੈ ਬੰਦੇ ਨੂੰ ਪਰ ਜਿੰਨਾ ਮਜ਼ਾ ਲੈਂਦਾ ਹੈ ਨਾ ਜਿੰਨਾ ਰਸ ਲੈਂਦਾ ਹੈ ਉਤਨਾ ਹੀ ਦੁਨੀਆਵੀ ਪਦਾਰਥਾਂ ਦੇ ਭੋਗ ਵਿਲਾਸਾਂ ਤੋਂ ਦੁਖੀ ਹੁੰਦਾ ਹੈ ਮਿੱਠੇ ਦਾ ਮਜ਼ਾ ਲਿਆ ਕਹਿੰਦਾ ਸ਼ੁਗਰ ਹੋ ਗਈ ਜਿਆਦਾ ਨਮਕ ਦਾ ਮੰਜਾ ਲਿਆ ਬੀਪੀ ਵੱਧ ਗਿਆ ਜੀ ਜਿੱਤਨਾ ਉਹ ਮਜ਼ਾ ਲਏਗਾ ਨਾ ਪਦਾਰਥਾਂ ਵਿੱਚੋਂ ਭੋਗ ਵਿਲਾਸਾਂ ਦੇ ਵਿੱਚੋਂ ਉਹਨਾਂ ਅੱਗੇ ਜਾ ਕੇ ਦੁਖੀ ਹੁੰਦਾ ਗੁਰਬਾਣੀ ਨੂੰ ਤਾਂ ਕਹਿਣਾ ਪਿਆ ਕਿ ਨਿਮਖ ਕਾਮ ਸਵਾਦ ਕਰਨ ਕੋਟ ਦਿਨਸ ਦੁਖ ਪਾਵੈ ਇੱਕ ਨਿਮਖ ਦੇ ਕਾਮ ਵਾਸਨਾ ਕਰਕੇ हे ਪਿਆਰਿਆ ਤੂੰ ਕਰੋੜਾਂ ਦਿਨ ਦੁਖੀ ਹੋਏਗਾ ਫਿਰ ਬੇਨਤੀ ਕਰਾਂ ਜਦੋਂ ਸੰਸਾਰ ਦੇ ਮਾਰਗ ਤੇ ਤੁਰਦੇ ਹਾਂ ਨਾ ਪਦਾਰਥਾਂ ਦੇ ਰਸ ਵਿੱਚ ਪੈਂਦੇ ਹਾਂ ਇਹ ਬੜਾ ਤੁਰਨਾ ਸੁੱਖਾ ਹੁੰਦਾ ਪਰ ਜਿਤਨਾ ਸੋਖਾ ਤੁਰਦੇ ਆ ਉਤਨੇ ਅਨਾਂ ਵਿੱਚੋਂ ਬਾਦ ਦੇ ਵਿੱਚ ਦੁੱਖ ਬੜੇ ਨੇ ਪਰ ਮਾਰਗ ਦਾ ਮਾਰਗ ਜਿਤਨਾ ਤੁਰਨਾ ਔਖ ਹੈ ਐਸ ਤੇ ਚੱਲਣਾ ਔਖ ਹੈ ਪਰ ਜਿਹੜਾ ਕੋਈ ਚੱਲ ਪੈਂਦਾ ਹੈ ਇਸ ਮਾਰਗ ਨੂੰ ਅਪਣਾ ਲੈਂਦਾ ਹੈ ਅੱਗੇ ਜਾ ਕੇ ਉਸ ਦੀ ਜ਼ਿੰਦਗੀ ਚ ਆਨੰਦ ਹੈ ਖੇੜਾ ਹੈ ਖੁਰਸੀ ਹੈ ਉਸ ਨੂੰ ਫਿਰ ਅਸਲ ਜੀਵਨ ਦੀ ਸਮਝ ਆ ਜਾਂਦੀ ਕਿ ਅਸਲ ਜੀਵਨ ਕੀ ਹੈ ਕਵੀ ਸਾਹਿਬ ਕਹਿੰਦੇ ਕਹ ਕਬੀਰ ਜੀਵਨ ਪਦਕਾਰਨ ਹਰ ਕੀ ਭਗਤ ਕਰੇ ਜੈ ਕਹਿੰਦੇ ਨੇ ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਰੱਬ ਨੂੰ ਯਾਦ ਕਰਨ ਦੀ ਜਿਹੜਾ ਕਿਉਂਕਿ ਜ਼ਿੰਦਗੀ ਦਾ ਅਸਲੀ ਦਰਜਾ ਹੀ ਉਹਦੀ ਭਗਤੀ ਵਿੱਚੋਂ ਪਤਾ ਲੱਗਦਾ ਹੈ ਵੀ ਇਹ ਜੀਵਨ ਮਿਲਿਆ ਕਿਉਂ ਹੈ ਭਗਤੀ ਤੋਂ ਬਿਨਾਂ ਉਸ ਦੀ ਵਿਚਾਰਧਾਰਾ ਤੋਂ ਬਿਨਾਂ ਜੋ ਗੁਰਬਾਣੀ ਰਾਹੀਂ ਸਾਨੂੰ ਪ੍ਰਾਪਤ ਹੋਈ ਸਾਨੂੰ ਸਮਝ ਨਹੀਂ ਆਉਂਦੀ ਵੀ ਇਸ ਜੀਵਨ ਦਾ ਲਾਭ ਕੀ ਹੈ ਕਿਉਂ ਪ੍ਰਾਪਤ ਹੋਇਆ ਕਿਸ ਕਾਰਨ ਕਰਕੇ ਅਸੀਂ ਜਗਤ ਵਿੱਚ ਆਏ ਹਾਂ ਸੰਸਾਰ ਦੇ ਵਿੱਚ ਅਸੀਂ ਆਏ ਕਿਉਂ ਹਾਂ ਕਰ ਕੀ ਰਹੇ ਹਾਂ ਤੇ ਕਰਨਾ ਕੀ ਚਾਹੀਦਾ ਹੈ ਇਹ ਤਾਂ ਗੁਰਬਾਣੀ ਨੂੰ ਪੜਿਆ ਪਰਮਾਤਮਾ ਦੀ ਸਿਫਤਸਲਾ ਕਰਿਆ ਸਾਨੂੰ ਸਮਝ ਆਉਂਦੀ ਹੈ ਵੀ ਇੱਥੇ ਸੰਸਾਰ ਦੇ ਵਿੱਚ ਆਉਣ ਦਾ ਕਾਰਨ ਕੇਵਲ ਸੰਸਾਰੀ ਦਸ ਇਕੱਠੇ ਕਰਨੇ ਨਹੀਂ ਇੱਥੇ ਤਾਂ ਅਸੀਂ ਅਧਿਆਤਮ ਦੀ ਪ੍ਰਾਪਤੀ ਵਾਸਤੇ ਆਏ ਹਾਂ ਇਸ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਆਪਣਾ ਇਹ ਪਿਛਲਾ ਲੇਖਾ ਜੋਖਾ ਮਕਾਨ ਵਾਸਤੇ ਆਇਆ 84 ਲੱਖ ਜੁਨਾ ਦੀ ਭਟਕਣਾ ਮਕਾਨ ਵਾਸਤੇ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਜੀਵਨ ਦੀ ਸੋਝੀ ਆ ਗਈ। ਜੀਵਨ ਦੀ ਸਮਝ ਆ ਗਈ ਉਹਦੀ ਭਗਤੀ ਕਰਕੇ ਇਸ ਕਰਕੇ ਕਵਿਸ਼ਾ ਕਹਿੰਦੇ ਨੇ ਇਹ ਜੀਵਨ ਦਾ ਅਸਲੀ ਪਰਮਾਰਥ ਦਾ ਰਸਤਾ ਹਾਸਲ ਕਰਨ ਵਾਸਤੇ ਕਹਿੰਦੇ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤੇ ਫਿਰ ਕਹਿੰਦੇ ਏਕ ਆਧਾਰ ਨਾਮ ਨਾਰਾਇਣ ਰਸਨਾ RAM ਰਵੀਜੈ ਅੱਖਣ ਲੱਗੇ ਕਹਿੰਦੇ ਪ੍ਰਭੂ ਦਾ ਨਾਮ ਹੀ ਇੱਕ ਆਸਰਾ ਹੋਣਾ ਚਾਹੀਦਾ ਏਕ ਆਧਾਰ ਨਾਮ ਨਰਾਇਣ ਉਸ ਨਰਾਇਣ ਦਾ ਉਸ ਪ੍ਰਭੂ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੋਣਾ ਚਾਹੀਦਾ ਸਾਡੀ ਜ਼ਿੰਦਗੀ ਦਾ ਸਾਰਾ ਹੋਣਾ ਚਾਹੀਦਾ ਇਸ ਕਰਕੇ ਕਵੀ ਸਾਖ ਨੇ ਰਸਨਾ RAM ਰਵੀਜੈ ਕਹਿੰਦੇ ਰਸਨਾ ਦੇ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਉਸਨੂੰ ਚੇਤੇ ਰੱਖਣਾ ਚਾਹੀਦਾ ਹੈ। pau ਕੀ ਰਸਨਾ ਕਰਕੇ ਉਹਨੂੰ ਯਾਦ ਕਰਨਾ ਹੈ। ਜਿਵੇਂ ਜਿਵੇਂ ਯਾਦ ਕਰਾਂਗੇ, ਯਾਦ ਕਰਦੇ ਕਰਦੇ ਉਸਦੇ ਗੁਣ ਗਾਉਂਦੇ ਗਾਉਂਦੇ ਇੱਕ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹਸਲ ਹੋ ਜਾਏਗਾ ਤੇ ਸਾਡਾ ਜੀਵਨ ਸਫਲ ਹੋ ਜਾਏਗਾ। ਉਸ ਦਾ ਮਿਲਾਪ ਹੀ ਸਾਡੇ ਜੀਵਨ ਦਾ ਮਨੋਰਥ ਹੈ। ਇਹ ਸਬਦ ਦੇ ਰਾਹੀਂ ਇਹ ਵਿਚਾਰ ਦਸੀ ਹੈ। ਆਖਣ ਲੱਗੇ ਅਸਲੀ ਜੀਵਨ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਪ੍ਰਭੂ ਦੀ ਯਾਦ ਦੀ ਲਟਕ ਲੱਗ ਗਈ। ਜੋ ਉਸ ਦੇ ਦਦਾਲ ਲਈ ਇਉਂ ਤਰਸਦੇ ਹਨ ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿੱਚ ਉਸ ਦੀ ਪਤਨੀ ਉਹਦਾ ਰਾਹ ਤੱਕਦੀ ਹੈ ਬਨੇਰਿਆਂ ਤੋਂ ਕਾਂ ਉਡਾਉਂਦੀ ਹੈ ਵੀ ਕਿਸੇ ਤਰੀਕੇ ਨਾਲ ਜੇ ਇਹ ਕਾਂ ਉੱਡ ਜਾਏ ਤਾਂ ਮੈਨੂੰ ਸਮਝ ਆ ਜਾਏਗੀ ਵੀ ਮੇਰਾ ਪਤੀ ਆ ਰਿਹਾ ਹੈ ਇਸ ਤਰ੍ਹਾਂ ਉਹ ਮਨੁੱਖ ਵੀ ਫਿਰ ਭਗਤੀ ਕਰਦਾ ਹੈ ਪਰਮਾਤਮਾ ਦੀ ਸਿਫਤ ਕਰਦਾ ਹੈ ਤੇ ਸਿਫਤ ਕਰ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨਾਲੋਂ ਜਿਹੜਾ ਵਿਛੋੜਾ ਹੋਇਆ ਸੀ ਨਾ ਔਰ ਜਿਸ ਕਰਕੇ ਸੰਸਾਰ ਦੇ ਵਿੱਚ ਆ ਕੇ ਰੋਇਆ ਸੀ ਉਹ ਰਤਨ ਜਿਹੜਾ ਗਵਾਚ ਗਿਆ ਸੀ ਭਗਤੀ ਕਰਕੇ ਉਹ ਨਾਮ ਰੂਪੀ ਰਤਨ ਹਾਸਲ ਹੋ ਜਾਂਦਾ ਹੈ ਤੇ ਜਦੋਂ ਉਹ ਰਤਨ ਮੁੜ ਕੇ ਮਿਲ ਜਾਂਦਾ ਹੈ ਤੇ ਉਹ ਰੋਣਾ ਧੋਣਾ ਹੀ ਜਿੰਦਗੀ ਦਾ ਮੁੱਕ ਜਾਂਦਾ ਹੈ ਫਿਰ ਉਹ ਕਦੀ ਜ਼ੋਂਦਾ ਨਹੀਂ ਸੰਸਾਰ ਦੇ ਪਦਾਰਥਾਂ ਵਾਸਤੇ ਸੰਸਾਰ ਦੇ ਸੁੱਖਾਂ ਦੁੱਖਾਂ ਤੋਂ ਉਪਰਾਮ ਹੋ ਕੇ ਉਹ ਆਨੰਦ ਵਿੱਚ ਰਹਿੰਦਾ ਹੈ ਇਸ ਤਰ੍ਹਾਂ ਦੀ ਵਿਚਾਰ ਸਬਦ ਦੇ ਰਾਹੀ ਅਗਤ ਕਵੀ ਸਾਹਿਬ ਜੀ ਨੇ ਸਾਡੇ ਸਮਕਸ ਰੱਖੀ ਸਮਾਂ ਹੋ ਗਿਆ ਹੈ ਇਤਨੀਆਂ ਬੇਨਤੀਆਂ ਪ੍ਰਵਾਨ ਸਾਰਿਆਂ ਦਾ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰਨ ਇਸ ਸ਼ਬਦ ਦੇ ਮੁਤਾਬਿਕ ਸਾਨੂੰ ਚੱਲਣ ਦੀ ਸਮਰੱਥਾ ਤੇ ਬਲ ਉਦਮ ਬਖਸਨ ਵਿਛੋੜੇ ਦਾ ਅਹਿਸਾਸ ਤੇ ਪ੍ਰਭੂ ਦੇ ਮਿਲਾਪ ਦੀ ਤਾਂਗ ਪੈਦਾ ਹੋਵੇ ਇਹ ਗੁਰੂ ਚਰਨਾ ਚ ਸ਼ਬਦਾਂ ਦੇ ਲਈ ਅਰਦਾਸ ਹੈ ਫਤਿਹ ਦੀ ਸਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ